अगर आपने हमारा चैनल सब्सक्राइब नहीं किया है तो सामने सब्सक्राइब का बटन दिख रहा है प्लीज़ सब्सक्राइब करें और उसके साथ ही नोटिफिकेशन बेल आ रहा है उसे भी क्लिक करें ताकि तुरंत नोटिफिकेशन आ जाए जो वीडियो हम अपलोड करें ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਥੀਓ ਮੈਂ ਗੱਲ ਕਰਨ ਲੱਗਿਆ ਸ੍ਰੀ ਫਗਵਾੜਾ ਸ਼ਹਿਰ ਦੀ ਜਿੱਥੇ ਅੱਜ ਬੜਾ ਮਾਹੌਲ ਖਰਾਬ ਕਰ ਦਿੱਤਾ ਗਿਆ ਕੁਝ ਕੁ ਗੁੰਡਿਆਂ ਦੇ ਵੱਲੋਂ ਉਹਨਾਂ ਨੂੰ ਸ਼ਾਂਤੀ ਪਸੰਦ ਨਹੀਂ ਹੈਗੀ ਇਸ ਕਰਕੇ ਭਾਈਚਾਰਕ ਸਾਂਝ ਜਿਹੜੀ ਆ ਬਰਕਰਾਰ ਰਹਿਣ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਸੀਂ ਜਾਣਦੇ ਹੋ ਕਿ ਜਿਵੇਂ ਕਿ ਗੋਲ ਚੌਂਕ ਦਾ ਨਾਮ ਸੰਵਿਧਾਨ ਚੌਂਕ ਰੱਖਣ ਵਾਸਤੇ ਸਾਰਿਆਂ ਦੀ ਸਲਾਹ ਦੇ ਨਾਲ ਮਤਾ ਪਾਸ ਹੋ ਕੇ ਸਰਸੰਮਤੀ ਦੇ ਨਾਲ ਸੰਵਿਧਾਨ ਚੌਂਕ ਜਿਹੜਾ ਆ ਉਹ ਨਾਂ ਰੱਖਣ ਦਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਤੇ ਉਹਦੇ ਉੱਪਰ ਕਾਰਵਾਈ ਵੀ ਹੋਈ ਸਾਰੇ ਲੋਕ ਸਹਿਮਤ ਸੀਗੇ ਤੇ ਤੁਸੀਂ ਜਾਣਦੇ ਕਿ ਕਿਵੇਂ ਉੱਥੇ ਆਣ ਕੇ ਉਹ ਸ਼ੈਵ ਸੈਨਾ ਆਰਐਸਐਸ ਦੇ ਗੁੰਡਿਆਂ ਨੇ ਆਣ ਕੇ ਬਦਮਾਸ਼ੀ ਕੀਤੀ ਗੋਲੀਆਂ ਚਲਾਈਆਂ ਤੇ ਸੱਚੇ ਸੁੱਚੇ ਸ਼ਹਿਰੀਆਂ ਨੂੰ ਫੱਟੜ ਕਰ ਦਿੱਤਾ ਜਿਹੜੇ ਅੱਜ ਵੀ ਗੰਭੀਰ ਰੂਪ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਹਸਪਤਾਲਾਂ ਦੇ ਵਿੱਚ ਇਹ ਹੁਣ ਮਿੱਤਰੋ ਮੈਂ ਤੁਹਾਨੂੰ ਮਾੜੀਆਂ ਲਿੰਕ ਜੋੜ ਦਵਾਂ ਕਿ ਉਹੀ ਲੋਕ ਨੇ ਕੁਝ ਗਿਣਤੀ ਦੇ ਲੋਕ ਹੈ ਜਿਹੜੇ ਦੇਸ਼ ਦੇ ਅੰਦਰ ਭਾਈਚਾਰਕ ਸਾਂਝ ਜਿਹੜੀ ਆ ਉਹ ਬਰਕਰਾਰ ਨਹੀਂ ਰਹਿਣ ਦੇਣੀ ਚਾਹੁੰਦੇ ਕਦੇ ਸਿੱਖਾਂ ਦੇ ਉੱਪਰ ਹਮਲੇ ਕਦੇ ਸਾਈਆਂ ਦੇ ਉੱਪਰ ਹਮਲੇ ਕਦੇ ਮੁਸਲਮਾਨਾਂ ਦੇ ਉੱਪਰ ਹਮਲੇ ਕਦੇ ਅੰਬੇਦਕਰਵਾਦੀਆਂ ਦੇ ਉੱਪਰ ਹਮਲੇ ਹਮਲੇ ਕਦੇ ਲੰਗਾਇਤਾਂ ਦੇ ਉੱਪਰ ਹਮਲੇ ਕਦੇ ਦਲਿਤ ਭਰਾਵਾਂ ਦੇ ਉੱਪਰ ਹਮਲੇ ਨਿੱਕੀਆਂ-ਨਿੱਕੀਆਂ ਦੁੱਧ ਚੁੰਗਦੀਆਂ ਬੱਚੀਆਂ ਦੇ ਬਲਾਤਕਾਰ ਕਰਨ ਵਾਲੇ ਇਹੀ ਲੋਕ ਨੇ ਉਹ ਕਿਤੇ ਬਾਹਰੋਂ ਔੜ ਦੇ ਉੱਪਰ ਉਹ ਨਹੀਂ ਡਿੱਗਦੇ ਹੈਗੇ ਇਹ ਇਹੀ ਲੋਕ ਨੇ ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਵੀ ਅੱਜ ਉਹ ਲੜਾਈ ਜਿਹੜੀ ਐ ਉਹਨਾਂ ਬਦਮਾਸ਼ਾਂ ਗੁੰਡਿਆਂ ਦੇ ਵਿਰੁੱਧ ਸੀਗੀ ਜਿੰਨੇ ਵੀ ਸਿੱਖ ਬੋਧੀ ਜੈਨੀ ਮੁਸਲਮਾਨ ਈਸਾਈ ਜਲਤ ਭਰਾ ਤੇ ਸਿਆਣੇ ਹਿੰਦੂ ਭਰਾ ਜਿਹੜੇ ਸਾਰੇ ਇਕੱਠਾ ਇਕੱਠੇ ਹੋ ਕੇ ਉਹ ਸੰਵਿਧਾਨ ਚੌਕ ਦੇ ਸੰਬੰਧ ਦੇ ਵਿੱਚ ਉਹ ਇੱਕ ਸੰਘਰਸ਼ ਲੜ ਰਹੇ ਸੀ ਪਰ ਉਸ ਨੂੰ ਜਾਣ ਬੁੱਝ ਕੇ ਨਾ ਲੋਕਾਂ ਦੇ ਵੱਲੋਂ ਆਰਐਸਐਸ ਜਿਵੇਂ ਕਿ ਗੇਮਾਂ ਖੇਡਦੀ ਐ ਸ਼ੈਵਸਨ ਵਾਲਿਓ ਚਾਣਕਿਆ ਨੀਤੀ ਜਿਹੜੀ ਆ ਮਨੂੰ ਆਪਣੇ ਬ੍ਰਾਹਮਣ ਚਾਣਕਿਆ ਦੀ ਨੀਤੀ ਖੇਢੀ ਕਿ ਆਪ ਸਭ ਚ ਨਾਇਆ ਜਾਵੇ ਤੇ ਉਸ ਲੜਾਈ ਦਾ ਜਿਹੜੀ ਰੂਪ ਰੇਖਾ ਸੀ ਬਦਲ ਕੇ ਰੱਖ ਦਿੱਤੀ ਉਹ ਜਨਰਲ ਕੈਟਾਗਰੀ ਵਰਸਸ ਐਸਸੀ ਅੰਬੇਦਕਰਵਾਦੀਆਂ ਦੇ ਪ੍ਰਤੀ ਜਿਹੜੀ ਇੱਕ ਉਹ ਲੜਾਈ ਇੱਕ ਜਿਹੜੀ ਆ ਸਮਾਜਿਕ ਲੜਾਈ ਬਣਾ ਕੇ ਪੇਸ਼ ਕਰ ਦਿੱਤੀ ਕਿ ਜਨਰਲ ਲੋਕ ਆੜੇ ਇੱਕ ਪਾਸੇ ਆ ਤੇ ਐਸਸੀ ਲੋਕ ਜਿਹੜੇ ਅੰਬੇਦਕਰਵਾਦੀ ਲੋਕ ਇੱਕ ਪਾਸੇ ਆ ਬਹਿ ਤਾਂ ਡਾਟ ਕਰਨ ਬੇੜਕਰ ਸਾਹਿਬ ਉਹ ਸਾਰਿਆਂ ਦੇ ਸਾਝੇ ਜਰਨੈਲ ਹਨ ਉਹ ਮਹਾਨ ਇਨਸਾਨ ਹਨ ਮظلومਾਂ ਦੇ ਰਾਖੇ ਦੁਨੀਆ ਉਹਨਾਂ ਨੂੰ ਰਿਸਪੈਕਟ ਕਰਦੀ ਹੈ ਉਹਨਾਂ ਦੀ ਤੇ ਅਗਲੀ ਗੱਲ ਜਿਹੜੀ ਮੈਂ ਕਰਾਂ ਕਿ ਸੰਵਿਧਾਨ ਜਿਹੜਾ ਹੈ ਉਹ ਸਾਰਿਆਂ ਦਾ ਸਾਂਝਾ ਸਾਰਿਆਂ ਨੂੰ ਬਰਾਬਰਤਾ ਦਿੰਦਾ ਹੈ ਉਹਨਾਂ ਦੇ ਉਹ ਸੰਵਿਧਾਨ ਦੇ ਪ੍ਰਤੀ ਨਫ਼ਰਤ ਯਰ ਕਿਹੜੇ ਲੋਕਾਂ ਨੂੰ ਉਹ ਤੁਸੀਂ ਸਾਰੇ ਜਾਣਦੇ ਹੋ ਵੀ ਹੁਣ ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਇਹ ਜਿਹੜਾ ਪ੍ਰੋਗਰਾਮ ਜਿਹਦੇ ਵਿੱਚ ਜਨਰਲ ਕੈਟਾਗਰੀ ਦਾ ਕਿਸ਼ੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉਹਦੇ ਵਿੱਚ ਡੁਪਲੀਕੇਟ ਸਿੱਖਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ ਅਹਲ ਦੇ ਬੱਚਿਆ ਸਲੀਸਾ ਖਣੀ ਹੈਗੀ ਮੈਂ ਸਿੱਖ ਭਰਾਵਾਂ ਨੂੰ ਬੇਨਤੀ ਕਰਦਾ ਸਿਆਣੇ ਸਿੱਖਾਂ ਨੂੰ ਤੁਸੀਂ ਇਹਦੇ ਵਿੱਚ ਸ਼ਾਮਲ ਨਾ ਹੋਵੋ ਤੁਹਾਨੂੰ ਵਰਕ ਲਾ ਕੇ ਮਗਰ ਲਗਾ ਕੇ ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਵਰਲਡ ਲੈਵਲ ਤੇ ਉੱਪਰ ਸ਼ਬ ਸੈਨਾ ਆਰਐਸ ਦੀ ਮਦਦ ਦੇ ਵਿੱਚ ਨਾ ਜਾਇਓ ਕਿਉਂਕਿ ਨੁਕਸਾਨ ਵੀ ਜਿਹੜੀ ਆ ਆਰਐਸ ਸ਼ਬ ਸੈਨਾ ਅਸੀਂ ਸਿੱਖਾਂ ਦਾ ਕਰਦੀ ਆ ਵਾਰ-ਵਾਰ ਕਦੇ ਸੰਤ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਪੋਸਟਰ ਪਾੜ ਦੇਣ ਕਦੇ ਲਲਕਾਰ ਰੈਲੀਆਂ ਕੱਢਣੀਆਂ ਕਦੇ 84 ਦਾ ਕਤਲੇਆਮ ਤੇ ਉੱਥੇ ਜਿਹੜੇ ਝੂਠੇ ਵੇ ਪੈਸੇ ਲੈ ਕੇ ਗਵਾਹ ਬਣ ਜਾਂਦੇ ਨੇ ਲੋਕ ਇਸ ਕਰਕੇ ਇਹ ਡੁਪਲੀਕੇਟ ਆਰਐਸਾ ਰਾਸ਼ਟਰੀ ਸਿੱਖ ਸੰਗਤ ਦੇ ਜਿਹੜੇ ਸਿੱਖ ਨੇ ਸ਼ਾਮਲ ਹੋਇਆਗਾ ਤੁਸੀਂ ਭਲੇਖੇ ਦੇ ਵਿੱਚ ਨਾ ਆਓ ਬਾਕੀ ਸਾਰੇ ਵੀਰ ਇਸ ਕਰਕੇ ਮੈਂ ਸੱਚੇ ਸੁੱਚੇ ਸਿੱਖਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਭਰਾਵਾਂ ਦਾ ਸਾਥ ਦੇਵੋ ਅੰਮੇਰਕਰਵਾਦੀਆਂ ਦਾ ਮੁਸਲਮਾਨਾਂ ਦਾ ਸਾਈਆਂ ਦਾ ਬਾਲਮੀਕੀਆਂ ਦਾ ਜਿਹੜੇ ਹੱਕ ਸੱਚ ਦੇ ਉੱਪਰ ਖੜ ਕੇ ਜੰਗ ਲੜ ਰਹੇ ਨੇ ਤੇ ਇਹ ਜਿਹੜੇ ਲੋਕ ਉੱਧਰ ਸ਼ਾਮਲ ਹੋ ਚੁੱਕੇ ਆ ਦਰਅਸਲ ਇਹ ਸਿੱਖ ਨਹੀਂ ਹੈਗੇ ਇਹ ਦੇਖਣ ਨੂੰ ਸਿੱਖ ਲੱਗਦੇ ਨੇ ਹੁਣ ਇਹਨਾਂ ਦਾ ਜੇ ਇਤਿਹਾਸ ਜਾਣਿਆ ਜਾਵੇ ਤਾਂ ਇਹ ਲੋਕ ਉਹੀ ਲੋਕ ਨੇ ਜਿਹੜੇ ਗੁਰੂ ਸਾਹਿਬ ਨੂੰ ਵਾਦਾ ਲੈ ਕੇ ਦੇ ਕੇ ਆ ਗਏ ਸੀ ਨਨਪੁਰ ਸਾਹਿਬ ਦੀ ਧਰਤੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਦਾਖਲ ਨਹੀਂ ਸੀ ਹੋਣ ਦਿੱਤਾ ਯਾਦ ਰੱਖਿਓ ਇਤਿਹਾਸ ਦੀਆਂ ਕੜੀਆਂ ਫੋਲ ਕੇ ਵੇਖਿਓ ਪਿੱਛੇ ਉਹ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੁੱਚਾ ਅਨੰਦ ਖੱਤਰੀ ਹੁਣ ਇਹ ਖੱਤਰੀ ਸੁੱਚਾ ਅਨੰਦ ਖੱਤਰੀ ਦੀ ਲਾਤ ਦੇ ਵਿੱਚੋਂ ਆ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਨਾਲ ਰਲ ਕੇ ਸ਼ਹੀਦ ਕਰਵਾਇਆ ਹਨੀਆਂ ਦੇ ਵਿੱਚ ਚੜਵਾਇਆ ਸੀਗਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀਗਾ ਯਾਦ ਕਰ ਲਿਓ ਇਤਿਹਾਸ ਪੜਿਓ ਜਰਾ ਕੋਣ ਲੋਕ ਨੇ ਔਰ ਇਹ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਖੜੇ ਕਰ ਦਿੱਤੇ ਜਾਂਦੇ ਨੇ ਕਦੇ ਬਾਬਰੀ ਮਹਜਬ ਢਾਉਣ ਦੇ ਵੇਲੇ ਅਖਿਰ ਸਿੱਖ ਵੀ ਸਾਡੇ ਨਾਲ ਆ ਔਰ ਨਹੀਂ ਯਾਰੋ ਸਿੱਖ ਸਾਰਿਆਂ ਦੇ ਭਰਾ ਆ ਨਾ ਕੋ ਵੈਰੀ ਨਹੀਂ ਬਗਾਨਾ ਸਾਡਾ ਸਤਾਤ ਆ ਇਹ ਹੱਕ ਸੱਚ ਦੇ ਨਾਲ ਖੜਨਾ ਮਲੂਮਾ ਦੇ ਨਾਲ ਖੜਨਾ ਇਹ ਸਿੱਖੀ ਦਾ ਸਤਾਤ ਆ ਵੀਰੋ ਇਸ ਕਰਕੇ ਸਿੱਖ ਭਰਾਵਾਂ ਨੂੰ ਬੇਨਤੀ ਆ ਆਪਣੇ ਭਰਾਵਾਂ ਦਾ ਸਾਥ ਦੇਵੋ ਨਾ ਕੇ ਸ਼ੇਪਸਾਣਾ ਆਰਐਸਐਸ ਵਾਲਿਆਂ ਦਾ ਜਿਹੜੇ ਵਾਰ-ਵਾਰ ਦੇਸ਼ ਦਾ ਮਾਹੌਲ ਖਰਾਬ ਕਰਦੇ ਆ ਮੁਖਾ ਮਜ਼ਾਕ ਉਡਾਉਂਦੇ ਆ ਦੇਸ਼ ਦਾ ਮਾਹੌਲ ਖਰਾਬ ਕਰਦੇ ਆ ਨਿੱਕੇ ਨਿੱਕੇ ਦੁੱਧ ਚੰਗ ਦੀਆਂ ਬੱਚੀਆਂ ਦੇ ਬਲਾਦਕ ਅਧਿਕਾਰ ਕੀਤੇ ਜਾਂਦੇ ਆ ਬੇਨਤੀ ਆ ਮਿੱਤਰੋ ਇਹਨਾਂ ਤੋਂ ਸਾਵਧਾਨ ਰਹੋ ਔਰ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਿੱਖ ਭਰਾਵਾਂ ਨੂੰ ਬੇਨਤੀ ਆ ਆਪਣੇ ਅੰਬੇਡਕਰਵਾਦੀ ਭਰਾਵਾਂ ਦਾ ਮੁਸਲਮਾਨ ਭਰਾਵਾਂ ਦਾ ਈਸਾਈ ਭਰਾਵਾਂ ਦਾ ਬਾਲਮੀਕੀ ਭਰਾਵਾਂ ਦਾ ਸਾਥ ਦਿਵੋ अगर आपने हमारा चैनल सब्सक्राइब नहीं किया है तो सामने सब्सक्राइब का बटन दिख रहा है प्लीज सब्सक्राइब करें और उसके साथ ही नोटिफिकेशन बेल आ रहा है उसे भी क्लिक करें ताकि नोटिफिकेशन आ जाए जो वीडियो हम अपलोड करें